लखनपुर चलिए। कल सवेरे मैं बनी दा पक्का पता करा। अपना घर चल दिया कल। हां अपा पहले दिन ही आए थे। पापा कितने जा रहे हो? ओए मैं तेरे कान ते कमारनी है। पिछले 3 दिन तो लापता। बोलू शिफू आई एम सॉरी। तेनु पता मैं तेनु की क्या? हे मेरे सच्चे पाशा। गगन में था गगन रवचंद दीपक बने दीपक बने दीपक सगल बन राय फूलंत ज्योति कैसे यार दी होए पाव खंड ना तेरी यार दी कैसे आरती होए तेरी की हाल है? बनी दा फोन ही स्विच ऑफ आ रहा है। ओ शेंकी उठ उठ शेंकी। हाँ जी पापा। ओ तू तो कहता सी बनी ने शाम नू आ जाना, हुन तो रात भी पै गई। हाँ जी लगता था मैनू भी सी कि शाम तक आ जाएगा। मैनू लगता तेरी गल हुंदी रहिंदी ओदे नाल, ते तू असली गल मैनू दसदा नहीं। पापा नहीं यार मेरी ओदे नाल कोई नहीं गल हुई, मैं तो एवें तुक्का लाया सी कि शायद अज आ जाए। ओए तुक्के ही लाई जाई, बनी दा पता ना करी। पापा आ जाएगा वो, बच्चा थोड़ी है। ओए यही तो तुहाडी प्रॉब्लम है, बच्चा थोड़ी है।
ਓਏ ਸਿਆਣੇ ਇਦਾਂ ਨਹੀਂ ਕਰਦੇ ਜਿੱਦਾਂ ਦੀ ਹਰਕਤਾਂ ਉਹ ਸਾਡੇ ਨਾਲ ਕਰ ਰਿਹਾ। ਪਾਗਲ ਬਣਾ ਦਿੱਤਾ ਉਹਨੇ, ਦਿਮਾਗ ਖਰਾਬ ਕਰਤਾ ਸਾਡਾ। ਵੇਲੀ ਟੈਨਸ਼ਨ ਪਾਈ ਹੋਈ ਹੈ, ਜਾ ਪੁੱਛ ਜਾ ਕੇ ਆਪਣੀ ਮਾਂ ਨੂੰ, ਜਿਹੜੀ ਸਾਰੀ ਰਾਤ ਟੈਨਸ਼ਨ ਦੇ ਵਿੱਚ ਸੁੱਤੀ ਨਹੀਂ, ਜਾ ਪੁੱਛ। ਬੜੇ ਸਿਆਣੇ ਬੰਦੇ ਫਿਰਦੇ ਨੇ। ਦੋ ਮਿੰਟ ਬਾਅਦ ਕਾਲ ਕਰਦਾ। ਸ਼ਿਫੂ ਆਮ ਸੋਰੀ ਯਾਰ, ਦੇਖ ਮੈਂ ਰੁਕਿਆ ਨਾ ਅੱਜ ਤੇਰੇ ਲਈ, ਤੂੰ ਕਹੇਂਗੀ ਤਾਂ ਆਪਾਂ ਹੋਰ ਰੁਕ ਜਾਵਾਂਗੇ ਯਾਰ। ਤੂੰ ਮੇਰੇ ਕਰਕੇ ਰੁਕਿਆ? ਹਾਂ ਸ਼ਿਫੂ। ਤੇ ਫਿਰ ਉੱਥੇ ਮੇਰੀ ਗੱਲ ਕਿਉਂ ਨਹੀਂ ਸੁਣੀ, ਸੌਂ ਕਿਉਂ ਗਿਆ? ਯੂ ਡੋਨਟ ਲਵ ਮੀ ਯਾਰ। ਸ਼ਿਫੂ ਤਿੰਨ ਦਿਨ ਤੋਂ ਸੁੱਤੇ ਨਹੀਂ ਯਾਰ, ਨਾ ਕੁਛ ਖਾਧਾ ਨਾ ਪੀਤਾ, ਤੂੰ ਵੀ ਫੇਂਟ ਹੋਈ ਹੈ ਨਾ, ਨਾਲੇ ਉੱਪਰੋਂ ਸਟ੍ਰੈਸ ਟੈਨਸ਼ਨ ਵੱਖਰੀ। ਸਾਰੀ ਦੁਨੀਆ ਦੀ ਟੈਨਸ਼ਨ ਤਾਂ ਤੂੰ ਹੀ ਚੱਕੀ ਹੋਈ ਹੈ ਨਾ ਯਾਰ। ਤੇਰੀ ਟੈਨਸ਼ਨ ਚੱਕੀ ਤਾਂ ਹੀ ਤੇ ਨਾ ਤੇ ਰੁਕਿਆ ਮੈਂ। ਤੂੰ ਮੇਰੇ ਕਰਕੇ ਨਹੀਂ ਰੁਕਿਆ, ਮੇਰੀ ਟੈਨਸ਼ਨ ਨਹੀਂ ਹੈ ਤੈਨੂੰ, ਤੈਨੂੰ ਡਰ ਹੈ, ਤੂੰ ਡਰ ਕਰਕੇ ਰੁਕਿਆ, ਤੈਨੂੰ ਡਰ ਹੈ। ਤੂੰ ਚਾਹੁੰਦੀ ਕੀ ਹੈ, ਕਿਉਂ ਲੜ ਰਹੀ ਹੈ ਮੇਰੇ ਨਾਲ, ਇਹ ਸੋ ਚੱਕਰ ਕੀ ਹੈ? ਮੈਂ ਕੱਲ ਰਾਤੀ ਠੀਕ ਹੋ ਗਈ ਸੀ, ਤੈਨੂੰ ਮੇਰੀ ਐਗਜ਼ਿਸਟੈਂਸ ਦੀ ਪਰਵਾਹ ਨਹੀਂ ਹੈ, ਐਸੇ ਕਰਕੇ ਤੂੰ ਮੇਰੀ ਕੋਈ ਗੱਲ ਨਹੀਂ ਸੁਣੀ, ਐਸੇ ਕਰਕੇ ਤੂੰ ਸੌ ਗਿਆ। ਦੇਖ ਦੇਖ ਮਾਰਨਾ, ਮਾਰਾਂਗੀ, ਕੀ ਕਰ ਲੇਗਾ, ਮਾਰਾਂਗੀ। ਥੱਕ ਗਿਆ ਯਾਰ ਮੈਂ ਤੇਰੇ ਨਾਲ ਲੜ ਲੜ ਕੇ, ਬਸ ਹੋ ਗਈ ਹੈ ਮੇਰੀ, ਤੂੰ ਛੱਡਦੀ ਕਿਉਂ ਨਹੀਂ ਪਈ ਗੱਲ ਨੂੰ, ਬਸ ਕਰ ਯਾਰ। ਦੇਖ ਤੂੰ ਜਿੱਦਾਂ ਕਹੇਗੀ ਨਾ ਪੌਦਾ ਕਰਾਂਗੇ, ਰੁਕਣਾ ਇੱਥੇ ਆਪਾਂ ਰੁਕਾਂਗੇ, ਨਹੀਂ ਘਰ ਜਾਣਾ, ਨਹੀਂ ਜਾਵਾਂਗੇ। ਸ਼ਾਂਤ ਹੋ ਜਾ, ਨਾ ਲੜ ਮੇਰੇ ਨਾਲ, ਬਸ ਹੋ ਗਈ ਯਾਰ ਮੇਰੀ ਤੇਰੇ ਨਾਲ ਲੜ ਲੜ ਕੇ। ਮੈਂ ਕਿਸੇ ਤਰ੍ਹਾਂ ਇਹਨੂੰ ਵਾਪਿਸ ਜਲੰਧਰ ਲੈ ਜਾਵਾਂ, ਇਹ ਜੋ ਕਹੇਗੀ ਉਹੀ ਕਰੀ ਜਾਵਾਂ, ਇਹ ਕਹੇਗੀ ਦਿਨ ਤਾਂ ਦਿਨ, ਰਾਤ ਹੈ ਤਾਂ ਰਾਤ ਹੈ, ਕਹੇਗੀ ਬੈਠ ਸਾ ਤਾਂ ਬੈਠ ਜਾਣਾ, ਜੇ ਕਹੇਗੀ ਖੜਾ ਹੋ ਜਾ ਤਾਂ ਖੜੇ ਹੋ ਜਾਣਾ, ਬਸ ਇਹਦੀ ਸਾਰੀਆਂ ਗੱਲਾਂ ਮੰਨੀ ਜਾਣੀਆਂ, ਇਹੀ ਇਹੀ ਇੱਕ ਰਾਸਤਾ ਇਹਨੂੰ ਵਾਪਿਸ ਘਰ ਲੈ ਕੇ ਜਾਵਾਂ। ਬਣੀ ਕੀ ਹੋਇਆ, ਅੱਧੀ ਰਾਤੀ ਕਿਉਂ ਨਾ ਕੇ ਆਇਓ, ਆਰ ਯੂ ਫਾਈਨ? ਅੱਛਾ, ਖੜੇ ਕਿਉਂ, ਬੈਠ ਜਾਓ, ਨੀਚੇ ਕਿਉਂ ਬੈਠ ਰਹੇ, ਬੈਡ 'ਤੇ ਆ ਕੇ ਬੈਠੋ ਨਾ। ਕੀ ਹੋਇਆ ਡਰਾਮੇ, ਆਰ ਯੂ ਫਾਈਨ? ਅੱਛਾ ਅੱਛਾ, ਇੱਕ ਕੰਮ ਕਰੋ, ਮੈਨੂੰ ਇੱਕ ਗਲਾਸ ਪਾਣੀ ਦਿਓ। ਅੱਛਾ ਦੂਰ ਜਾ ਕੇ ਬੈਠ ਜਾਓ। ਅੱਛਾ ਉਹ ਵਿੰਡੋ ਦਿਖ ਰਹੀ ਹੈ, ਬਾਹਰ ਛਾਲ ਮਾਰ ਦਿਓ, ਮਾਰ ਦਿਓ। ਉਹ ਪਾਗਲ, ਅੱਛਾ ਅੱਜ ਮੇਰੇ ਕੋਲ ਆ ਜਾ, ਬਣੀ ਮੈਨੂੰ ਹੱਕ ਕਰੋ, ਸੋ ਜਾਓ ਡਰਾਮੇ, 4 ਵੱਜ ਗਏ ਨੇ, ਕੱਲ ਜਾਣਾ ਨਹੀਂ ਹੈ।
ਉਹ ਵੀ ਫੜਾ ਦਿਓ। ਬਣੀ ਹੋਰ ਸਮਾਨ ਵੀ ਚੈੱਕ ਕਰ ਦਿਓ। ਟ੍ਰੇਨ ਦਾ ਕੁਛ ਪਤਾ ਲੱਗਾ? ਯਾਰ ਦੇਖਣਾ ਪੈਣਾ, ਮੈਂ ਨਾ ਥੱਲੋਂ ਰਿਸੈਪਸ਼ਨ ਤੋਂ ਪਤਾ ਕਰਕੇ ਆਉਂਦਾ, ਉਹਨਾਂ ਨੂੰ ਪਤਾ ਹੋਇਆ। ਓਕੇ, ਦੋ ਮਿੰਟ ਜਾਣਾ। ਯਾਰ ਟ੍ਰੇਨ 'ਤੇ ਜਾਵਾਂ ਬੱਸ 'ਤੇ ਜਾਵਾਂ, ਕੀ ਕਰਾਂ ਕੀ ਕਰਾਂ ਕੀ ਕਰਾਂ ਕੀ ਕਰਾਂ। ਟੈਕਸੀ ਕਰ ਲੈਣਾ ਸਾਰਾ, ਟ੍ਰੇਨ 'ਤੇ ਬੱਸ ਦਾ ਚੱਕਰ ਹੀ ਖਤਮ। ਟੈਕਸੀ ਕਰਦੇ ਪਤਾ ਲੱਗਾ ਟ੍ਰੇਨ ਦਾ ਕਿ ਬੱਸ 'ਤੇ ਚੱਲੀਏ? ਉਹ ਯਾਰ ਮੈਂ ਟੈਕਸੀ ਮੰਗਵਾ ਲਈ ਯਾਰ, ਆਪਾਂ ਟ੍ਰੇਨ ਦੀ ਵੇਟ ਕਿੱਥੇ ਕਰਾਂਗੇ, ਟੈਕਸੀ 'ਚ ਚੱਲਦੇ ਹਾਂ। ਓਕੇ ਆਈ ਪੇ। ਭਾਅ ਜੀ ਆਪਣਾ ਨੰਬਰ ਲਿਖ ਕੇ ਦਿਓ ਮੈਨੂੰ। ਇੱਦਾਂ ਮੈਂ ਕੀ ਕਰਾਂ? ਜਦੋਂ ਆਪਣੇ ਰੂਮ 'ਚ ਪਹੁੰਚ ਜਾਓਗੇ ਨਾ ਮੈਨੂੰ ਕਾਲ ਕਰ ਦਿਓ ਕਿ ਮੈਂ ਪਹੁੰਚ ਗਈ। ਬਣੀ ਮੈਂ ਘਰ ਹੀ ਜਾ ਰਹੀ, ਇੱਥੇ ਮੈਨੂੰ ਕਿਸੇ ਨੇ ਚੁੱਕ ਥੋੜ੍ਹਾ ਲੈਣਾ, ਕੀ ਹੋ ਗਿਆ? ਮੈਨੂੰ ਤਸੱਲੀ ਹੋ ਜਾਏਗੀ ਬੇਬੀ, ਪਲੀਜ਼ ਇੱਕ ਵਾਰੀ ਮੈਨੂੰ ਕਾਲ ਕਰ ਦਿਓ ਤੁਸੀਂ ਲੈਂਡਲਾਈਨ ਤੋਂ। ਓਕੇ ਓਕੇ। Hello? Hanji, I'm in my room. ਮੇਰੀ ਸਾਰੀ ਜ਼ਿੰਦਗੀ ਖਰਾਬ ਕਰਤੀ, ਮੈਨੂੰ ਘਰ ਮੂੰਹ ਦੁਕਾਨ ਚੋਂ ਨਹੀਂ ਛੱਡਿਆ ਤੂੰ। ਤੇਰਾ ਕੀ ਹੈ, ਨੌਕਰੀ ਲੱਗੀ ਹੈ ਨਾ ਤੇਰੀ, ਇੰਡੀਪੈਂਡੈਂਟ ਹੈ ਨਾ ਤੂੰ। ਮੇਰਾ ਸੋਚਿਆ ਇੱਕ ਵਾਰੀ ਯਾਰ, ਮੇਰੀ ਤਾਂ ਕਾਲਜ ਦਾ ਸ਼ੁਰੂ ਹੋਈ ਆ ਅਜੇ, ਇੰਨੇ ਝੂਠ ਬੁਲਵਾਏ ਮੇਰੇ ਤੋਂ। ਮੇਰੇ ਨਾਲ ਹੁੰਦੇ ਹੋਇਆ ਮੇਰੀ ਮੰਮੀ ਨੂੰ ਕਿਹਾ ਬੜਾ ਇਰਰਿਸਪੋਂਸੀਬਲ ਹੈ, ਘਰ ਦੱਸ ਕੇ ਨਹੀਂ ਗਿਆ। ਯਾਰ ਤੂੰ ਆਪਣਾ ਰਿਲੇਸ਼ਨ ਆਪ ਖਰਾਬ ਕੀਤਾ, ਅੱਜ ਤੋਂ ਬਾਅਦ ਤੂੰ ਆਪਣੇ ਰਸਤੇ ਮੈਂ ਆਪਣੇ ਰਸਤੇ, ਭੁੱਲ ਜਾ ਆਪਣੀ ਕਦੇ ਤੇਰੀ ਜ਼ਿੰਦਗੀ 'ਚ ਆਇਆ ਸੀਗਾ। ਅੱਜ ਤੋਂ ਬਾਅਦ ਮੈਨੂੰ ਕਾਲ ਨਾ ਕਰੀ, ਨਿਕਲ ਜਾ ਮੇਰੀ ਜ਼ਿੰਦਗੀ 'ਚੋਂ।
हैलो हाँ बलजीत हैलो जनाब वो मुंडा तो उन्होंने घरे आ गया जी वो एवें कैवें मुंडा घरे आ गया कोई वो ना की एफ आई आर दर्ज हुई है थाने च मेरी गल सुन ध्यान दे नाल मुंडा वापस थाने लैके आओ वो असी आप सियाने हथी मुंडा मापियां नूं वापस करांगे थाने मैं हुणे लै गया वो काका वो तेरी एफ आई आर दर्ज हुई है थाने चल ओ भाजी मैं घर आ गया यार एफ आई आर बंद कर दूं ओ मैनू नहीं पता साहब देखणगे थाने चल ओ आ मेरा घर आ मैं घर आ गया यार मैनू नहीं पता थाने चल बस भाजी साडा मुंडा घर आ गया साडे वास्ते यही बहुत है पापा 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 मैं सारी गल दसदा तुहानू की होया सीगा मम्मा जानदे हो कुड़ी नू मैं पहले उन्होंने मिलन गया सी ਤੁਸੀਂ ਮੈਨੂੰ ਜੋ ਸਜ਼ਾ ਦਿਓਗੇ ਮਨਜ਼ੂਰ ਆ ਮੈਂ ਤੁਹਾਨੂੰ ਸਾਰਾ ਸੱਚ ਸੱਚ ਦੱਸਿਆ ਆਪਾਂ ਬਣੀ ਤੁਹਾਡੀ ਅੱਜ ਦੀ ਜਨਰੇਸ਼ਨ ਦੀ ਕੀ ਪ੍ਰੋਬਲਮ ਕੀ ਸੋਚਦੇ ਹੋ ਤੁਸੀਂ ਲੋਕ ਤੂੰ ਉੱਥੇ ਇੰਨੀ ਜ਼ਿਆਦਾ ਪ੍ਰੋਬਲਮ 'ਚ ਸੀ ਜੇ ਤੈਨੂੰ ਕੁਛ ਹੋ ਜਾਂਦਾ ਉਸ ਵੇਲੇ ਉਸ ਕੁੜੀ ਨੂੰ ਉੱਥੇ ਕੁਛ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਉਸ ਚੀਜ਼ ਦਾ ਕੌਣ ਕਦੇ ਸੋਚਿਆ ਅਸੀਂ ਇੱਥੇ ਇੰਨੀ ਪ੍ਰੋਬਲਮ ਦੇ ਵਿੱਚ ਜੀ ਰਹੇ ਆਪਣੀ ਮਾਂ ਵੱਲ ਦੇਖ ਦੇਖ ਆਪਣੀ ਮਾਂ ਵੱਲ ਰੋ ਰੋ ਕੇ ਕਮਲੀ ਹੋਈ ਪਈ ਹੈ ਤੇ ਤੁਸੀਂ ਉੱਥੇ ਬੈਠੇ ਆਪਣੇ ਆਪ ਦੇ ਵਿੱਚ ਬੜੇ ਸਿਆਣੇ ਬਣਦੇ ਰਹੇ ਬੜੇ ਸਿਆਣੇ ਬਣਦੇ ਰਹੇ ਯਾਰ ਤੂੰ ਮੈਨੂੰ ਇੱਕ ਵਾਰੀ ਮੈਨੂੰ ਕਹਿ ਦਿੰਦਾ ਕਿ ਪਾਪਾ ਇਸ ਵੇਲੇ ਮੇਰੇ ਨਾਲ ਇੱਥੇ ਆਹ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਆ ਜਾਓ ਮੈਂ ਖੁਦ ਆ ਜਾਂਦਾ ਤੈਨੂੰ ਲੈਣ ਵਾਸਤੇ ਪਿਓ ਹੈ ਮੈਂ ਤੇਰਾ ਪਿਓ ਦੁਸ਼ਮਣ ਨਹੀਂ ਹੈ
मेरे कोलों दो थप्पड़ भी खा लूंगा ना तो मैं तेनू उस प्रॉब्लम च कढ़ दूंगा। खून है तू मेरा, सब कुछ है तू मेरा, सब कुछ है। एक एक बच्चे का फर्ज होता है वो अपने मां बाप में खुल के गल करे, उन्होंने दसे की प्रॉब्लम चल रही है। जरा कम्युनिकेशन क्या है पहला, इनू खत्म करो, इनू खत्म करो, ते अपने मापिया ना खुल के गल करो, खुल के गल करो अपने मापिया ना। I'm sorry पापा, मैं बहुत डर गया सी। I'm so sorry दा बच्चा, sorry कहंदा है नाले, सॉरी कहता नाले गलतियां करता, मैनू भी इमोशनल करता। पागल जिया किसी थान जा, हाथ मुंह धो, जाके तेरी मां ने तेरे लिए रोटी बनाई है, खा जाके हाथ मुंह धो। पागल किसी थान प्यो नू भी इमोशनल करता है। Hello? You don't love me, Bunnu.